ਸਤਿ ਸ਼੍ਰੀ ਅਕਾਲ ਦੋਸਤੋ, ਮਾਡਰਨ ਖੇਤੀ ਟੀ ਵੀ ਚੈਨਲ 'ਤੇ ਤੁਹਾਡਾ ਸਵਾਗਤ ਹੈ। ਆਹ ਜਿਹੜੀ ਅੱਜ ਤੁਸੀਂ ਕਣਕ ਦੇਖ ਰਹੇ ਹੋ ਵੀਡੀਓ ਦੇ ਵਿੱਚ, ਇਹ 19-20 ਦਿਨਾਂ ਦੇ ਕਰੀਬ ਹੈ, ਜਿਹੜੀ ਹੋ ਚੁੱਕੀ ਹੈ। ਬੀਜ ਇਹਦਾ 29-67 ਹੈ ਅਤੇ ਇਹ 23 ਅਕਤੂਬਰ ਨੂੰ ਬੀਜੀ ਗਈ ਸੀਗੀ। ਪਹਿਲੇ ਦਿਨ ਬੀਜੀ ਸੀ ਕਣਕ, ਜਿਵੇਂ ਤੁਸੀਂ ਲਾਈਨਾਂ ਇਹਦੀਆਂ ਬਿਲਕੁਲ ਦੇਖ ਸਕਦੇ ਹੋ। ਕਣਕ ਆਪਾਂ ਨੇੜੇ ਤੋਂ ਦਿਖਾਉਂਦੇ ਹਾਂ, ਸਾਰੇ ਖੁੱਡ ਨੇ ਜਿਹੜੇ ਬਹੁਤ ਵਧੀਆ ਜੰਮੇ ਆਏ ਨੇ। ਆਪਾਂ ਗੱਲ ਕਰ ਲਈਏ ਜੇ ਬੀਜ ਬਾਰੇ, ਤਾਂ ਬੀਜ ਇਹਦੇ ਵਿੱਚ 9.5 ਕਿੱਲੋ ਬੀਘੇ ਦਾ ਭਾਵ ਕਿ ਕਿੱਲੇ ਦਾ ਹੋ ਗਿਆ ਬੀਜ, ਇਹ 47.5-47 ਕਿੱਲੋ ਹੋ ਗਿਆ। 46-47-48 ਕਿੱਲੋ ਦੇ ਵਿੱਚ ਵਿੱਚ ਬੀਜ ਆ ਜਿਹੜਾ ਇਹ ਪਾਇਆ ਹੋਇਆ, ਅਤੇ 29-67 ਬੀਜ ਆਇਆ। ਬਾਕੀ ਤੁਸੀਂ ਜੰਮ ਦੇਖ ਸਕਦੇ ਹੋ, ਨਾਲ ਜਿਹੜੇ ਬੂਟੇ ਨੇ ਇਹ ਸਾਰੇ ਖੜ੍ਹੇ ਨੇ, ਅਤੇ ਕੋਈ ਬਿਲ ਬਿਰਥ ਕਿਤੇ ਹੈ ਨਹੀਂ। ਬਹੁਤ ਵਧੀਆ ਰੱਬ ਦੀ ਕਿਰਪਾ ਦੇ ਨਾਲ ਇਹ ਕਣਕ ਆ ਜਿਹੜੀ ਜਮਾਓ ਹੋਇਆ। ਕਣਕ ਲਗਭਗ ਸਾਰੀ ਹੀ ਜੰਮ ਚੁੱਕੀ ਆ, ਜਿਵੇਂ ਹੁਣ ਬਾਰਿਸ਼ ਹੋ ਗਈ ਸੀਗੀ, ਜਿਹੜੀਆਂ ਵਾਹ ਕੇ ਸਮਾਰ ਕੇ ਡਰਿੱਲ ਕੀਤੀਆਂ ਗਈਆਂ ਸੀਗੀਆਂ ਕਣਕਾਂ, ਉਹਨਾਂ ਨੂੰ ਬਹੁਤ ਸਾਰੀਆਂ ਨੂੰ ਕਣਕਾਂ ਨੂੰ ਕੰਡ ਵੀ ਹੋਈ ਆ। ਪੰਜਾਬ ਦੇ ਲਗਭਗ ਸਾਰੇ ਹੀ ਹਿੱਸਿਆਂ ਦੇ ਵਿੱਚ ਉਹ ਕੰਡ ਆ ਜਿਹੜੀ ਕਿਸਾਨਾਂ ਨੂੰ ਭੰਨਣੀ ਪਈ ਆ। ਜਿਹੜੀਆਂ ਕਣਕਾਂ ਹੈਪੀ ਸੀਡ ਨਾਲ ਬੀਜੀਆਂ ਗਈਆਂ ਸੀਗੀਆਂ, ਉਹਨਾਂ ਦੇ ਵਿੱਚ ਇਹ ਦਿੱਕਤ ਇੰਨੀ ਜ਼ਿਆਦਾ ਨਹੀਂ ਆਈ। ਉਹ ਸਾਹਮਣੇ ਆਪਾਂ ਦੇਖ ਸਕਦੇ ਹਾਂ ਕਿ ਵਾਹ ਕੇ ਬੀਜੀਆਂ ਗਈਆਂ ਨੇ ਕਣਕਾਂ। ਆਹ ਜਿਹੜਾ ਏਰੀਆ ਦਿਖ ਰਿਹਾ ਸਾਰਾ, ਇਹ ਆਪਣਾ ਹੈਪੀ ਸੀਡਰ ਦੇ ਨਾਲ ਹੀ ਬਿਜਾਈ ਕੀਤੀ ਹੋਈ ਆ। ਲਾਸਟ ਈਅਰ ਵੀ ਆਪਾਂ ਨੇ ਇੱਦਾਂ ਹੀ ਹੈਪੀ ਸੀਡਰ ਦੇ ਨਾਲ ਬੀਜੀ ਗਈ ਸੀਗੀ। ਕਣਕਾਂ ਸਾਰੀ ਜੰਮਣ ਲੱਗ ਗਈ, ਕੋਈ ਜਿਹੜੀ ਲਾਸਟ ਦੇ ਵਿੱਚ ਬੀਜੀ ਗਈ ਸੀਗੀ ਉਹੀ ਰਹਿੰਦੀ ਸੀ। ਇੱਕ ਦੋ ਖੇਤ ਨੇ ਜਿਹੜੇ ਉਹ ਰਹਿੰਦੇ ਨੇ, ਹੁਣ ਮੀਂਹ ਪੈਣ ਕਾਰਨ ਆ ਜਿਹੜਾ ਉਹ ਖੇਤ ਨੇ ਗਿੱਲੇ ਹੋ ਗਏ। ਗਿੱਲੇ ਜ਼ਿਆਦਾ ਗਿੱਲੇ ਦੇ ਵਿੱਚ ਹੈਪੀ ਸੀਡਰ ਨਹੀਂ ਚੱਲਦਾ ਹੈਗਾ, ਵਾਤਾਵਰਨ ਤੱਕ ਉਹਨਾਂ ਖੇਤਾਂ ਦੀ ਬਿਜਾਈ ਕੀਤੀ ਜਾਊ। ਜਿਵੇਂ ਆਪਾਂ ਸਾਰੀਆਂ ਹੀ ਲਾਈਨਾਂ ਦੇਖ ਸਕਦੇ ਹਾਂ, ਕਈ ਵੀਰਾਂ ਦੀ ਫਰਮਾਇਸ਼ ਵੀ ਸੀਗੀ ਵੀ ਕਣਕ ਕਿਹੋ ਜਿਹੀ ਹੋ ਗਈ ਦਿਖਾਈ ਜਾਵੇ ਜਿਹੜੀ ਸਭ ਤੋਂ ਪਹਿਲਾਂ ਬੀਜੀ ਹੋਈ ਆ। ਸੋ ਇਹ ਤੁਸੀਂ ਦੇਖ ਸਕਦੇ ਹੋ, ਇਹਨੂੰ ਹੁਣ ਵੈਸੇ ਤਾਂ ਬਾਰਿਸ਼ ਨਾਲ ਆ ਜਿਹੜੀ ਉਹ ਨਰਮਾਈ ਆ ਖੇਤਾਂ ਨੂੰ ਹੋ ਗਈ ਆ। ਜਦੋਂ ਇਹ ਖੇਤ ਪਾਣੀ ਮੰਗਣਗੇ, ਹੁਣ ਸ਼ਾਇਦ ਥੋੜ੍ਹਾ ਜਿਹਾ ਪਾਣੀ 5-6 ਦਿਨ ਲੇਟ ਹੋ ਜਾਵੇ ਬਾਰਿਸ਼ ਕਾਰਨ। ਕਣਕ ਸਾਰੀ ਆਹ ਵੀ ਖੇਤ ਦੇ ਵਿੱਚ ਜੰਮੇ ਆਈ ਆ, ਇਸ ਖੇਤ ਦੇ ਨਾਲੋਂ ਹਫ਼ਤੇ 1 ਦਾ ਫਰਕ ਹੈ। ਇਹ ਜਣੀ ਕਣਕ ਜਿਹੜੀ ਜ਼ਿਆਦਾ ਨੇੜੇ ਤੋਂ ਹੀ ਦਿੰਦੀ ਆ, ਕਿਉਂਕਿ ਹਜੇ ਪੌਦੇ ਨੇ ਜਿਹੜੇ ਛੋਟੇ ਨੇ, ਫੂਸ ਵੱਧ ਦਿਖਦਾ ਕਣਕ ਪਰ ਜੰਮੀ ਹੋਈ ਆ। ਆਪਾਂ ਜੇ ਸਾਰੀ ਖੁੱਡਾਂ ਦੇ ਵਿੱਚ ਦੇਖੀਏ, ਨੇੜੇ ਤੋਂ ਦੇਖਣੀ ਆ ਇਹ ਜਿਹੜੀ ਪੈਂਦੀ ਆ। ਸੋ ਦੋਸਤੋ, ਤੁਸੀਂ ਆਪਣੀ ਬਿਜਾਈ ਕਾਹਦੇ ਨਾਲ ਕੀਤੀ ਆ, ਰੂਟਾਵੀਟਰ ਨਾਲ ਜਾਂ ਕਾਹਦੇ ਨਾਲ ਕੀਤੀ ਆ, ਉਹ ਸਾਰੀ ਸਾਡੇ ਨਾਲ ਵੀ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰਿਓ। ਤੁਸੀਂ ਕਿੰਨੀ ਕੁ ਹੈਪੀ ਸੀਡ ਨਾਲ ਬਿਜਾਈ ਕੀਤੀ ਆ। ਉੱਧਰ ਆਪਣੇ ਖੇਤ ਸੁਪਰ ਸੀਡ ਨਾਲ ਵੀ ਬਿਜਾਈ ਕੀਤੀ ਹੋਈ ਆ, ਥੋੜ੍ਹਾ ਜਿਹਾ ਟਰਾਇਲ ਲਿਆ ਸੀਗਾ ਆਪਾਂ ਨੇ, ਕਿਰਾਏ 'ਤੇ ਬਿਜਵਾਈ ਸੀ। ਉਹਦੀ ਵੀ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕਿ ਕਿਵੇਂ ਆ ਉਹਦੀ ਬਿਜਾਈ। ਅਤੇ ਸੋ ਹੁਣ ਤੱਕ ਲਈ ਇੰਨਾ ਹੀ, ਓਕੇ ਜੀ।